ਪੰਜਾਬ ਦੇ ਖਜ਼ਾਨਾ ਮੰਤਰੀ ਬੀਤੇ ਦਿਨ ਬਠਿੰਡਾ ਪਹੁੰਚੇ। ਉਹਨਾਂ ਨੇ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ ਉੱਤੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਸ ਦੇ ਬਾਅਦ ਆਪਣੇ ਦਫ਼ਤਰ ਵਿੱਚ ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਸਰਕਾਰ ਜੋ ਸ਼ਰਾਬ ਸਸਤੀ ਕਰਨ ਜਾ ਰਹੀ ਹੈ, ਉਸ ਤੋਂ ਰੈਵਨਿਊ ਵਧੇਗਾ ਅਤੇ ਪੰਜਾਬ ਨੂੰ ਫਾਇਦਾ ਪਹੁੰਚੇਗਾ। ਇਸ ਮੌਕੇ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪਿਛਲੇ ਦਿਨਾਂ 'ਚ ਖਜ਼ਾਨਾ ਵਿਭਾਗ ਨਾਲ ਮੀਟਿੰਗ ਕੀਤੀ ਸੀ, ਜਿਸ 'ਚ ਉਹਨਾਂ ਨੇ ਵਿਚਾਰ ਕੀਤਾ ਸੀ ਕਿ ਰੈਵਨਿਊ ਨੂੰ ਕਿਵੇਂ ਵਧਾਇਆ ਜਾਵੇ ਅਤੇ ਖਰਚਾ ਕਿਵੇਂ ਘਟਾਇਆ ਜਾਵੇ। ਪਿਛਲੇ ਦਿਨਾਂ 'ਚ CM ਸਾਹਿਬ ਨੇ ਫਾਈਨੈਂਸ ਡਿਪਾਰਟਮੈਂਟ ਦੀ ਇੱਕ ਰਿਵਿਊ ਮੀਟਿੰਗ ਲਈ ਸੀ ਔਰ ਰਿਵਿਊ ਮੀਟਿੰਗ 'ਚ ਫਾਈਨੈਂਸਿਸ ਦੇ ਕੀ ਹਾਲ ਹੈ, ਇੱਕ ਤਾਂ ਉਹਦੇ 'ਤੇ ਨਜ਼ਰਸਾਨੀ ਕੀਤੀ ਗਈ, ਇੱਕ ਹੈ ਕਿ ਖਰਚੇ ਕਿਵੇਂ ਘਟਾਏ ਜਾ ਸਕਦੇ ਆ ਉਹਦੇ 'ਤੇ ਨਜ਼ਰਸਾਨੀ ਕੀਤੀ ਗਈ, ਔਰ ਤੀਸਰਾ ਹੈ ਕਿ ਸਟੇਟ ਦੇ ਰੈਵਨਿਊਜ਼ ਦੇ ਵਿੱਚ ਕਿਵੇਂ ਇਜ਼ਾਫਾ ਆਵੇ ਉਹਦੇ 'ਚ ਵੀ ਉਹਨਾਂ ਨੇ ਸਾਰਾ ਤਬਾਦਲਾ ਖਿਆਲ ਹੋਇਆ। ਔਰ ਉਹਦੇ 'ਚ ਇੱਕ ਜਿਹੜੀ ਸੀ ਕਿ ਇੱਕ ਤਾਂ ਲੋਟਰੀਜ਼ ਡਿਪਾਰਟਮੈਂਟ ਹੈ, ਲੋਟਰੀਜ਼ ਡਿਪਾਰਟਮੈਂਟ ਪਹਿਲਾਂ 300 ਕਰੋੜ ਰੁਪਇਆ ਕਿਸੇ ਕੋਈ ਜਦੋਂ ਅੱਜ ਤੋਂ 10 ਸਾਲ ਪਹਿਲਾਂ 300 ਕਰੋੜ ਆਉਂਦਾ ਸੀ, ਹੁਣ 30 ਕਰੋੜ ਰਹਿ ਗਿਆ। ਉਹਦੇ 'ਚ ਗੁੰਜਾਇਸ਼ ਹੈ ਕਿ ਲੋਟਰੀਜ਼ ਦੇ ਵਿੱਚ ਸਟੇਟ ਦੇ ਰੈਵਨਿਊ 'ਚ ਇਜ਼ਾਫਾ ਹੋ ਸਕਦਾ। ਉੱਥੇ ਮਨਪ੍ਰੀਤ ਬਾਦਲ ਨੇ ਡੇਂਗੂ ਦੇ ਵੱਧ ਰਹੇ ਮਰੀਜ਼ਾਂ ਉੱਤੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਲੋਕਾਂ ਵਿੱਚ ਵੀ ਜਾਗਰੂਕਤਾ ਚਾਹੀਦੀ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਆਪਣਾ ਕੰਮ ਕਰ ਰਿਹਾ ਹੈ, ਮੈਡੀਕਲ ਟੀਮਾਂ ਜਿਹੜੀਆਂ ਉਹ ਤਿਆਰ ਸਪੈਸ਼ਲ ਜਿਹੜੀਆਂ ਉਹ ਕੀਤੀਆਂ ਗਈਆਂ ਤਾਂ ਕਿ ਇੱਕ ਤਾਂ ਇਹਦੀ ਜਿਹੜੀ ਦਵਾਈ ਹੈ ਔਰ ਇਸ ਬਿਮਾਰੀ ਦੀ ਹਾਲਤ 'ਚ ਮਰੀਜ਼ ਨੂੰ ਕਿਸ ਕਿਸਮ ਦੇ ਉਹਨਾਂ ਦਾ ਖੁਰਾਕ ਕਿਸ ਕਿਸਮ ਦੀ ਹੋਣੀ ਚਾਹੀਦੀ ਹੈ, ਜਿਹੜਾ ਸਰਕਾਰੀ ਹਸਪਤਾਲ ਹੈ ਉਹਦੇ 'ਚ ਦਵਾਈ ਜਿਹੜੀ ਹੈ ਮੁਹੱਈਆ ਕਰਾਈ ਜਾ ਸਕੇ, ਤਾਂ ਕਿ ਔਰ ਇਹ ਹਰ ਸਾਲ ਇਹ ਫਿਨੋਮਨਾ ਆਉਂਦਾ ਹੈ ਇਹ ਡੇਂਗੂ ਦਾ। ਸ਼ਹਿਰ ਦੇ ਵਿੱਚ ਫੋਗਿੰਗ ਦਾ ਵੀ ਇਹਤਮਾਮ ਕੀਤਾ ਗਿਆ ਹੈ ਕਿ ਸਾਰੇ ਸ਼ਹਿਰ ਦੇ ਵਿੱਚ ਇੱਕ ਵਾਰੀ ਉਹ ਧੂੰਆਂ ਕੀਤਾ ਜਾਵੇ ਤਾਂ ਕਿ ਇਹ ਡੇਂਗੀ ਵਾਲਾ ਮੱਛਰ ਹੈ ਜਿਹੜਾ ਇਹ ਕਿਵੇਂ ਨਾ ਕਿਵੇਂ ਦਾ ਖਾਤਮਾ ਕੀਤਾ ਜਾਵੇ। ਇਸ ਤੋਂ ਇਲਾਵਾ ਕੁਛ ਪਬਲਿਕ ਦੇ ਵਿੱਚ ਅਵੇਅਰਨੈਸ ਦੀ ਵੀ ਹੁਣ ਜ਼ਰੂਰਤ ਹੈ ਕਿ ਇਹ ਡੇਂਗੀ ਦਾ ਮੱਛਰ ਘਰਾਂ 'ਚ ਆਉਂਦਾ ਹੈ, ਕਿਵੇਂ ਪੈਦਾ ਹੁੰਦਾ ਹੈ, ਕਿਹੜੀਆਂ ਥਾਵਾਂ 'ਤੇ ਹੁੰਦਾ, ਘਰ ਜਿਹੜੇ ਹੈ ਉਹ ਪਾਣੀ ਤੋਂ ਖੁਸ਼ਕ ਰੱਖੇ ਜਾਣ ਔਰ ਜਿਹੜੀਆਂ ਨਾਲੀਆਂ ਨੁਲੀਆਂ ਆਮ ਖੁੱਲੀਆਂ ਨਾਲੀਆਂ ਬਸਤੀਆਂ ਸ਼ਹਿਰਾਂ 'ਚ ਮੁਹੱਲਿਆਂ 'ਚ ਉਹਨਾਂ 'ਤੇ ਕੋਈ ਦਵਾਈ ਦਾ ਛਿੜਕਾਅ ਕੀਤਾ ਜਾਵੇ। ਸਪੋਕਸਮੈਨ ਟੀਵੀ ਦੇ ਲਈ ਬਠਿੰਡਾ ਤੋਂ ਕੈਮਰਾਮੈਨ ਰਜੇਸ਼ ਕੁਮਾਰ ਦੇ ਨਾਲ ਜੁਗਨੂ ਸ਼ਰਮਾ ਦੀ ਰਿਪੋਰਟ।